We drove as far as we could to ignore what's around, ignore all expectations, even when we should hold on to what's behind and see what will come. तो गाइस वेलकम बैक एक न्यू फ्रेश ब्लॉग में आप सभी का स्वागत है। तो एक बार फिर से संडे आ गया, जैसे कि आप सभी को पता ही है मैं हर संडे एक न्यू ब्लॉग लेके आपके लिए आता हूँ। तो आज हम जा रहे हैं बठिंडे हम जा रहे हैं आज हाजी रत्न श्री गुरुद्वारे में, जहाँ एक बहुत ही बड़ा गुरुद्वारा बना हुआ है, वहाँ का बहुत ही बड़ा इतिहास है वो आपको इस वीडियो में बताऊँगा। और वहाँ अपने श्री गुरु गोविंद सिंह जी आए हुए हैं एक दिन के लिए, वहाँ रहे हैं पूरी रात, वहाँ उन्होंने व्यतीत किया है। तो आज आपको पूरा उसकी हिस्ट्री बताऊँगा। तो हम जा रहे हैं वहाँ, तो पूरा ब्लॉग देखना लास्ट तक, तो मिलते हैं सीधा बस में। तो गाइस प्लानिंग थोड़ा चेंज हो गया साडा, अभी बेसिकली बस से जा रहे हैं, बाइक से जा रहे हैं, बस उन्होंने ही दसना सीगा तो साड़ी गली बन रही माड़ी जी दिखा दे यार। हेलो गाइस ये देखो भाई नर्थ हो गया, नर्थ टनों के टन संतरी, संतरों की बारिश हो चुकी है। ये देखो पूरे रोड पे संतरी संतरे हैं। ये देखो भाई एक शॉट के लिए कितनी मेहनत करनी पड़ती है गाइस, दोबारा तेल फूका है। तो चलो मिलते हैं सीधा। तो गाइस फाइनली असं गुरुद्वारे पहुंच गए हाजी रतन, तो जाओ अंदर जाने सानू पूरे दर्शन कराने, तो चलो ब्लॉग पूरा इंजॉय करें, तो एंड दे पूरी हिस्ट्री दसूंगा बारे। तो चलो तेरे गुण गावा कर कृपा, तेरे गुण गावा कर कृपा, तेरे गुण गावा कर कृपा तेरे। गाइस जो तुम ये दरख्त देख रहे हो और गुरु गोबिंद सिंह जी जो तलवंडी साबे तो आ रहे थे, तो सब तो पहला उन्होंने उरे आके अपना घोड़ा बन्या सी, तो ये दरख्त अज भी हरा भरा उस तरह ही है, तुम देख रहे हो। जो भी इस जगह पर किसी की भी सुख पूरी होंगी है तो उन्हें नमक से झाड़ू चढ़ाया जाता है। तो गाइस असं दरबार साहब दर्शन करके आ गए हैं, तो हम असं बाहर आ गए हैं, उरे देखा तो सरोवर बनया हुआ जो कि बहुत ही खूबसूरत है, तो आओ थोनू उरे मैंने शॉट दिखाव, तो नेड़े जाके थोड़ा व्यू दिखाव, तो दर्शन करो।
ਕੁੱਡੀ ਘਾਣਾ ਹੋਏ ਗੋਲਡਨ ਇੱਕ ਵੀ ਆ ਗਿਆ ਗੱਲ ਕਰਦੇ ਹਾਂ ਉਹਦੀ ਹਿਸਟਰੀ ਦੀ। ਉਹਦੀ ਹਿਸਟਰੀ ਇਹ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਜਾ ਰਹੇ ਸੀਗੇ ਅਤੇ ਉਹ ਰਾਤ ਦੇ ਸਮੇਂ ਇਸ ਜਗ੍ਹਾ ਦੇ ਵਿੱਚ ਰੁਕ ਗਏ ਸੀ। ਉਰੇ ਹੈ ਕੀ ਹੈ ਬਾਬਾ ਹਾਜੀ ਰਤਨ ਜੀ ਦੀ ਦਰਗਾਹ ਗਈ ਅਤੇ ਉਹਦੇ ਪਹਿਲਾਂ ਜਦੋਂ ਮਕਬਰਾ ਹੁੰਦਾ ਸੀਗਾ ਅਤੇ ਉਸ ਵੇਲੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ 'ਤੇ ਆਏ ਸੀਗੇ ਅਤੇ ਬਹੁਤ ਹੀ ਰਾਤ ਦਾ ਟਾਈਮ ਸੀ ਅਤੇ ਉਹਦੇ ਜਿਹੜੇ ਪਹਿਰੇਦਾਰ ਸੀਗੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਰਹੇ ਸੀ ਕਿ ਤੁਸੀਂ ਇਸ ਜਗ੍ਹਾ 'ਤੇ ਨਾ ਰੋਕੋ ਕਿਉਂਕਿ ਉਹਦੇ ਭੂਤ ਪ੍ਰੇਤ 'ਤੇ ਬਹੁਤ ਹੀ ਜ਼ਿਆਦਾ ਵਹਿਮ ਕਰਦੇ ਸੀਗੇ। ਇਸ ਕਰਕੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਸ ਜਗ੍ਹਾ 'ਤੇ ਨਾ ਰੋਕੋ ਅਤੇ ਪਰ ਗੁਰੂ ਗੋਬਿੰਦ ਸਿੰਘ ਜੀ ਇਹ ਦੱਸਣਾ ਚਾਹੁੰਦੇ ਸੀ ਕਿ ਸਿੱਖ ਧਰਮ ਜੋ ਹੈ ਕਿ ਉਹ ਭੂਤਾਂ ਪ੍ਰੇਤਾਂ 'ਤੇ ਵਿਸ਼ਵਾਸ ਨਹੀਂ ਕਰਦਾ ਅਤੇ ਉਸ ਲਈ ਗੁਰੂ ਸਿੰਘ ਜੀ ਇਸ ਜਗ੍ਹਾ 'ਤੇ ਰਹੇ ਸੀ ਪੂਰੀ ਰਾਤ ਅਤੇ ਅਗਲੇ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਲੋਕਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ 'ਤੇ ਆਏ ਹੋਏ ਅਤੇ ਲੋਕਾਂ ਨੇ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਇਸ ਜਗ੍ਹਾ 'ਤੇ ਪਹੁੰਚੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਕਿੱਥੇ ਜੰਗਲ ਜੀ ਦੇ ਵਿੱਚ ਰਹਿ ਰਹੇ ਹੋ ਪਰ ਲੋਕ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹ ਜੰਗਲ ਨਹੀਂ ਹੈ ਇਹ ਬਠਿੰਡੇ ਦੇ ਬਿਲਕੁਲ ਸੈਂਟਰ ਏਰੀਆ ਹੈ ਅਤੇ ਤੁਹਾਨੂੰ ਪਤਾ ਸ਼ਾਇਦ ਨਾ ਹੋਵੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਗੁਰਦੁਆਰਾ ਬਣਿਆ ਹੋਇਆ ਬਠਿੰਡੇ ਬਿਲਕੁਲ ਸੈਂਟਰ ਵਿੱਚ ਬਣਿਆ ਹੋਇਆ ਅਤੇ ਉਸ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਗੁਰੂ ਜੀ ਤੁਸੀਂ ਸਾਡੇ ਕਿਲ੍ਹੇ ਦੇ ਵਿੱਚ ਆਓ ਜੋ ਕਿ ਕਿਲ੍ਹਾ ਮੁਬਾਰਕ ਔਰ ਬਠਿੰਡੇ ਵਿੱਚ ਬਣਿਆ ਹੋਇਆ ਅਤੇ ਉੱਥੇ ਗਏ ਗੁਰੂ ਜੀ ਗਏ ਅਤੇ ਉੱਥੇ ਵੀ ਇੱਕ ਬਹੁਤ ਹੀ ਵੱਡੀ ਉਹ ਬਣੀ ਹੋਈ ਸੀਗੀ ਕੀ ਕਹਿੰਦੇ ਉਹਨੂੰ ਭੂਤਾਂ ਦਾ ਬਹੁਤ ਹੀ ਜ਼ਿਆਦਾ ਵਹਿਮ ਸੀਗਾ ਲੋਕਾਂ ਨੂੰ ਅਤੇ ਗੁਰੂ ਜੀ ਨੇ ਉਹ ਕੱਢਿਆ ਇੱਕ ਬਹੁਤ ਹੀ ਖਤਰਨਾਕ ਸ਼ਕਤੀ ਸੀ ਉੱਥੇ ਅਤੇ ਗੁਰੂ ਜੀ ਨੇ ਜਾ ਕੇ ਉਹ ਵੀ ਸ਼ਕਤੀ ਨਸ਼ਟ ਕਰਿਆ ਅਤੇ ਆਹੀ ਉਹਦਾ ਇਤਿਹਾਸ ਹੈ ਅਤੇ ਆਈ ਹੋਪ ਤੁਹਾਨੂੰ ਬਹੁਤ ਹੀ ਵਧੀਆ ਲੱਗਿਆ ਹੋਇਆ ਇਤਿਹਾਸ ਅਤੇ ਚਲੋ ਹੁਣ ਚੱਲਦੇ ਹਾਂ ਅੱਗੇ ਤੁਹਾਨੂੰ ਹੁਣ ਹੋਰ ਦੇਖਦੇ ਕੀ ਕਰਨਾ ਅਤੇ ਬਣੇ ਰਹੋ ਸਾਡੇ ਨਾਲ ਅਤੇ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਅਤੇ ਜ਼ਿਆਦਾ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਅਤੇ ਫਿਰ ਚਲੋ ਅੱਗੇ। ਤੋ ਗਾਈ ਇਸੇ ਦੇ ਨਾਲ ਹੀ ਇਸ ਬਲੌਗ ਨੂੰ ਵੀ ਉਰੇ ਐਂਡ ਕਰਦੇ ਹਾਂ ਅਤੇ ਆਈ ਹੋਪ ਤੁਹਾਨੂੰ ਇਹ ਬਲੌਗ ਪਸੰਦ ਆਇਆ ਹੋਊਗਾ। ਕਿ ਬਲੌਗ ਪਸੰਦ ਆਇਆ ਪਲੀਜ਼ ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰ ਦਿਓ। ਵੀਡੀਓ ਕਿੱਦਾਂ ਲੱਗੀ, ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਨਹੀਂ ਵਧੀਆ ਲੱਗੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਵੀਡੀਓ ਵਿੱਚ ਕੀ ਇੰਪਰੂਵ ਕਰਨ ਵਾਲਾ। ਅਤੇ ਮਿਲਾਂਗੇ ਅਸੀਂ ਅਗਲੀ ਵੀਡੀਓ ਟਿਲ ਦੇ, ਬਾਏ ਬਾਏ।